ਪਹਿਲਾ ਰੱਬ ਦਾ ਨਾਮ ਧਿਆਏ ਉਹ ਤਦੋਂ ਸ਼ਾਇਰੀ ਸ਼ਾਇਰ ਦੇ ਵੱਲ ਹੋਵੇ ਜਦੋਂ ਇਸ ਪਿਛਲੀ ਵਾਰੀ ਮੈਂ ਵੀ ਇਹ ਗੱਲ ਸੁਣਾਈ ਸੀ, ਇਸ ਵਾਰੀ ਵੀ ਸੁਣਾ ਰਿਹਾ। ਸਾਡੇ ਇਲਾਕੇ ਦੀ ਗੱਲ ਸਈਦ ਵਾਰਿਸ ਸ਼ਾਹ ਸਾਹਿਬ ਨੇ ਜਿਹੜੀ ਕੀਤੀ ਸੀ, ਹੀਰ ਵਾਰਿਸ ਦੇ ਵਿੱਚ ਸਾਡੇ ਇਲਾਕੇ ਦਾ ਜ਼ਿਕਰ ਹੈ, ਮੈਂ ਹੁਣੇ ਦੱਸਣ ਜਾ ਰਿਹਾ। ਪਹਿਲਾਂ ਨਹੀਂ ਨਾਮ ਲੈਂਦਾ, ਕੋਈ ਅਸਾਂ ਜਿਹਾ ਵਲੀ ਸਿੱਧ ਨਹੀਂ, ਹੋ ਨਜ਼ਰ ਆਉਂਦਾ ਦਸਤਾਰ ਬਜਵਾੜਿਓ ਖੂਬ ਆਵੇ। ਦਸਤਾਰ ਬਜਵਾੜਿਓ, ਆਪਣਾ ਬਜਵਾੜਾ ਜਿਹੜਾ ਇੱਥੋਂ ਦੀਆਂ ਦਸਤਾਰਾਂ ਉਦੋਂ ਵੀ ਮਸ਼ਹੂਰ ਸੀ, ਮੈਂ ਚਾਹੁੰਦਾ ਅੱਜ ਵੀ ਮਸ਼ਹੂਰ ਹੋਵਾਂ। ਕੋਈ ਅਸਾਂ ਜਿਹਾ ਵਲੀ ਸਿੱਧ ਨਹੀਂ, ਨਜ਼ਰ ਆਉਂਦਾ ਜਗ ਜਹੂਰ ਜਿਹਾ ਉਹ ਦਸਤਾਰ ਬਜਵਾੜਿਓ ਖੂਬ ਆਵੇ। ਅਤੇ ਮਾਫਤਾ ਨਹੀਂ ਕਸੂਰ ਜਿਹਾ, ਹੀਰ ਮੁਕੰਮਲ ਹੀਰ ਸਈਦ ਵਾਰਿਸ ਸ਼ਾਹ ਦਾ ਜਿਹੜਾ ਪਾਠ ਮੈਨੂੰ ਸਭ ਤੋਂ ਜ਼ਿਆਦਾ ਪਸੰਦ ਹੈ, ਉਹ ਮੈਂ ਆਪਣੇ ਅੰਦਾਜ਼ ਨਾਲ ਗਾਉਣਾ ਤੁਹਾਡੀ ਦੋ ਛਾਪੋ ਦੇ ਪੇਸ਼ ਪੁੱਤਰੇ ਜੀ। ਕਾਸਤ ਦੌੜਿਆ ਝੱਕ ਸਿਆਲ ਤੋਂ ਜੀ, ਤੁਰਤ ਤਖਤ ਹਜ਼ਾਰੇ ਵੱਲ ਆਇਆ। ਕਾਸਤ ਦੌੜਿਆ ਝੱਕ ਸਿਆਲ ਤੋਂ ਜੀ, ਤੁਰਤ ਤਖਤ ਹਜ਼ਾਰੇ ਵੱਲ ਆਇਆ। ਉਹ ਮੇਰਾ ਸੋਚ ਕੇ ਧੀਓ ਦਾ ਧੀਓ ਦਾ ਚਾਵੜਿਆ, ਹੱਥ ਰੋਏ ਕੇ ਹੱਥ ਫੜਾਇਆ। ਰਾਜੇ ਪੁੱਛਿਆ ਖਬਰ ਕੀ ਲਿਆਇਆ ਏ,
ਜੇ ਪੁੱਛਿਆ ਖਬਰ ਕੀ ਲਿਆਇਆ ਏ ਊ ਕਾਸ ਨੂੰ ਬੁਰਾ ਬਣਾਇਆ ਏ ਕਾਸ ਉੱਠ ਕੇ ਮੁੱਖ ਤੋਂ ਆਹ ਮਾਰੀ ਆਹ ਮਾਰੀ ਰੁਮੀਆਂ ਮਾਰੀ ਉੱਠ ਕੇ ਮੁੱਖ ਤੋਂ ਆਹ ਮਾਰੀ ਅੱਗੋਂ ਇਹੋ ਜਵਾਬ ਸੁਣਾਇਆ ਦਫ਼ਨ ਕਰ ਲਿਖਵਾਇਆ ਬੈਠੀਏ ਉਹਦੀ ਖਾਤਿਆ ਤੇ ਅਫਸੋਸ ਬੈਠਾ ਮਹਿਰ ਬੈਠੀਏ ਉਹਦੀ ਖਾਤਿਆ ਤੇ ਮੈਨੂੰ ਇੱਧਰ ਨੂੰ ਤੁਰੰਤ ਦੌੜਾਇਆ ਏ ਅਸੀਂ ਸਬਰ ਕੀਤਾ ਏ ਤੁਸੀਂ ਸਬਰ ਕਰਨਾ ਸਬਰ ਕਰਨਾ ਏ ਰਾਜੇ ਸਬਰ ਕਰਨਾ ਸਬਰ ਕੀਤਾ ਏ ਤੁਸੀਂ ਸਬਰ ਕਰਨਾ ਮੁੱਖੋਂ ਏ ਨਾਏ ਹੁਕਮ ਸੁਣਾਇਆ ਅਲੀ ਗੌਸ ਤੇ ਕੁਤਬ ਸਭ ਫਾਤ ਹੋਏ ਅਲੀ ਗੌਸ ਤੇ ਕੁਤਬ ਸਭ ਫਾਤ ਹੋਏ ਮੌਤ ਸੱਚ ਹੈ ਰੱਬ ਫਰਮਾਇਆ ਹੀ ਵਾਰਸ ਚਾਰ ਤਿੰਨ ਦੀ ਵਾਰਸਾ ਖੇਡ ਦੁਨੀਆ ਖੇਡ ਦੁਨੀਆ ਸੱਚੀ ਖੇਡ ਦੁਨੀਆ ਚਾਰ ਤਿੰਨ ਦੀ ਵਾਰਸਾ ਖੇਡ ਦੁਨੀਆ ਉੜਕ ਖਾਕ ਦਰਖਾ ਕਰਨਾ ਦੀ ਵਾਰਸਾ ਖੇਡ ਦੁਨੀਆ ਉੜਕ ਖਾਕ ਦਰਖਾ ਕਰਨਾ ਉੜਕ ਖਾਕ ਦਰਖਾ